ਲੈ ਵੀ ਦੋਸਤੋ ਅਸੀਂ ਤੁਰ ਪਏ ਹੈਗੇ ਹਾਂ ਸੂਰਜ ਕੁੰਡ ਵਾਲੇ ਪਾਸੇ ਰਾਹੋ ਦੇ ਵਿੱਚ ਆ, ਅਤੇ ਹੁਣ ਅਸੀਂ ਹੌਲੀ ਹੌਲੀ ਕਰਕੇ ਜਾ ਰਹੇ ਹੈਗੇ ਹਾਂ ਅਤੇ ਰਸਤਾ ਵੀ ਪੁੱਛ ਰਹੇ ਹੈਗੇ ਹਾਂ ਅਤੇ ਕਿਹਾ ਵੀ ਥੋੜ੍ਹਾ ਜਿਹਾ ਅੱਧਾ ਕਿਲੋਮੀਟਰ ਜਾ ਕੇ ਰਾਹੋ ਤੋਂ ਅਤੇ ਨਵਾਂ ਸ਼ਹਿਰ ਰੋਡ 'ਤੇ ਹਾਂ ਅਸੀਂ, ਅਤੇ ਆਹ ਦੇਖ ਹੁਣ ਕਿੱਦਾਂ ਚਲਾ ਰਿਹਾ ਗੱਡੀ, ਕੋਈ ਗੱਲ ਨਹੀਂ ਚਲਾ ਲੈਂਦੇ, ਅਤੇ ਸੱਜੇ ਹੱਥ ਮੁੜਨਾ ਹੈਗਾ ਅਸੀਂ ਅੱਧਾ ਕਿਲੋਮੀਟਰ ਜਾ ਕੇ, ਇਹ ਗੋਗਣਾ ਜਠੇਰੇ ਆ ਗਏ ਨੇ ਗੋਗਣਿਆਂ ਦੇ, ਉਸ ਤੋਂ ਬਾਅਦ ਸਿਵਲ ਹਸਪਤਾਲ ਇੱਧਰ ਆ ਗਿਆ, ਅਤੇ ਬਾਕੀ ਬਾਹਰ ਭੇਜਣ ਦਾ ਬੋਰਡ ਸਾਹਮਣੇ ਲੱਗਿਆ ਹੀ ਹੋਇਆ ਦੇਖ ਹੀ ਰਹੇ ਤੁਸੀਂ, ਜਿਹੜੇ ਬੱਚੇ ਹੈਗੇ ਇਹਨਾਂ ਨੇ ਸਾਰੇ ਬਾਹਰ ਘੱਲਤੇ ਨੇ, ਅਤੇ ਪਰ ਅਸੀਂ ਹੁਣ ਜਾ ਰਹੇ ਹਾਂ ਸੂਰਜ ਕੁੰਡ ਵਾਲੇ ਪਾਸੇ, ਅਤੇ ਜਿਹੜੇ ਇਤਿਹਾਸਿਕ ਸਾਡੀਆਂ ਹਿਸਟੋਰੀਕਲ ਜਿਹੜੇ ਪਲੇਸ ਨੇ ਉਹ ਸਾਰੇ ਕਿਸੇ ਨਾਲ ਭਾਅ ਜੀ ਅਮਰੀਕਾ ਨੇ ਮਿਲੇ, ਕੈਨੇਡਾ ਨੇ ਮਿਲੇ, ਉਹ ਪੰਜਾਬ ਦੇ ਵਿੱਚ ਹੀ ਹੈ, ਸਾਡੇ ਇੱਥੇ ਰਾਓ ਦੇ ਵਿੱਚ ਹੀ ਮਿਲਣੇ ਹੈਗੇ ਆ, ਅਤੇ ਬਸ ਉੱਥੇ ਤਾਂ ਭਾਅ ਜੀ ਬਰਫ਼ਾਂ ਹੀ ਮਿਲੀਆਂ ਉਹਨਾਂ ਨੂੰ, ਉੱਥੇ ਤਾਂ ਅੰਗਰੇਜ਼ ਵੀ ਛੱਡ ਕੇ ਚਲੇ ਗਏ ਨੇ, ਇੱਥੇ ਹੁਣ ਪੰਜਾਬੀ ਮਿਲੇ ਨੇ, ਆਹ ਸੂਰਜ ਕੁੰਡ ਆ ਲੰਘੇ ਭਾਅ ਜੀ ਪਿੱਛੇ, ਘੁੰਮ ਕੇ ਆਉਣਾ ਪੈਣਾ ਆਪਾਂ ਨੂੰ, ਲੋ ਭਗਵੰਤ ਮਾਨ ਜੀ ਦੇਖੋ, ਭਗਵੰਤ ਮਾਨ ਜੀ ਦੇਖੋ ਆਪਣਾ, ਹਾਂ ਯੋਗਾ ਕਰੋ ਅਤੇ ਰੋਜ਼ ਕਰੋ, ਤੋਂ ਅੱਧਾ ਕਿਲੋਮੀਟਰ ਦੂਰ ਨਵਾਂ ਸ਼ਹਿਰ ਰੋਡ 'ਤੇ ਅਸੀਂ ਹੁਣ ਜਾ ਰਹੇ ਹੈਗੇ ਹਾਂ ਸੂਰਜ ਕੁੰਡ ਦੇ, ਜਿਹੜਾ ਕਿ ਪੁਰਾਣਾ ਇਤਿਹਾਸਿਕ ਸਥਾਨ ਹੈਗਾ ਵਾ, ਅਤੇ ਦੇਖਦੇ ਹੈਗੇ ਹਾਂ, ਅਤੇ ਦੇਖੋ ਸੁਨਸਾਨ ਰਸਤਾ ਹੈਗਾ ਵਾ, ਅਤੇ ਆਹ ਦੇਖੋ ਉੱਤੇ ਨੂੰ ਜਿਹੜਾ ਚੜ੍ਹਾਈ ਚੜ੍ਹਦੀ ਪਈ ਹੈਗੀ ਆ, ਆਹ ਦੇਖੋ ਗੱਡੀ ਇੱਥੇ ਤੱਕ ਚਲੀ ਜਾਣੀ ਹੈਗੀ ਸਾਡੀ, ਇਹੀ ਹੈ ਜੀ ਫੋਟੋ, ਦੇ ਫੋਟੋ ਖਿੱਚਣਾ ਅਤੇ ਵੀਡੀਓ ਬਣਾਉਣਾ ਸਖ਼ਤ ਮਨਾ ਹੈਗਾ, ਬਾਹਰੋਂ ਹੀ ਬਣਾ ਲਓ ਭਾਅ ਜੀ, ਜੇ ਡੇਰਾ ਸੂਰਜ ਕੁੰਡ ਸੁਨਿਆ ਸਾਸਰ ਨੂੰ, ਹਾਂ ਚਲੋ ਅਸੀਂ ਜਾ ਜਾਂਦੇ ਹਾਂ ਪਹਿਲੇ ਅੰਦਰ, ਹਾਂ ਅਤੇ
ਹੋਰ ਦੇਖੀਏ ਜੀ।